ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਸਰਕਾਰ ਨੇ ਪੀਐਮ ਕੁਸ਼ਮ ਸਕੀਮ ਦੇ ਕੰਪੋਨੈਂਟ ਏ ਅਧੀਨ ਰਾਜ ਦੇ ਕਿਸਾਨਾਂ ਨੂੰ ਸੁਨਹਿਰੀ ਮੌਕਾ ਦਿੰਦਿਆਂ ਗ੍ਰਿਡ ਕਨੈਕਸ਼ਨ ਸੋਲਰ ਪੀਵੀ ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਤਹਿਤ ਕੁੱਲ 220 ਮੈਗਾਵਾਟ ਸਮਰੱਥਾ ਦੀ ਸੂਰਜੀ ਊਰਜਾ ਤੇ ਆਧਾਰਿਤ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼ ਸਰਕਾਰ ਨੇ ਕੀਤੀ ਹੈ। ਇਹ ਜਾਣਕਾਰੀ ਪੇਡਾ ਜ਼ਿਲ੍ਹਾ ਬਰਨਾਲਾ ਮੈਨੇਜਰ ਗੁਰਮੀਤ ਸਿੰਘ ਨੇ ਦਿੱਤੀ ਹੈ। ਉਹਨਾਂ ਆਖਿਆ ਕਿ ਇਹ ਸਕੀਮ ਦੇ ਤਹਿਤ 1 ਤੋਂ ਲੈ ਕੇ 15 ਜਾਂ 1 ਤੋਂ 1.5 ਜਾਂ 2 ਕਿਲੋ ਮੈਗਾਵਾਟ ਦਾ ਸੋਲਰ ਵੀਪੀ ਪਲਾਂਟ ਸਥਾਪਨਾ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਰਾਜ ਦੇ ਚਾਹਵਾਨ ਕਿਸਾਨਾਂ ਦੇ ਸਮੂਹ ਅਤੇ ਪੰਚਾਇਤ ਸਹਿਕਾਰੀ ਸਭਾਵਾਂ ਫਾਰਮਸ ਪ੍ਰੋਡਿਊਸਰ ਆਰਗਨਾਈਜੇਸ਼ਨ ਅਤੇ ਵਾਟਰ ਯੂਜ਼ਰ ਐਸੋਸੀਏਸ਼ਨਾਂ ਤੋਂ ਬਿਨੈ ਪੱਤਰ ਮੰਗੇ ਨੇ। ਉਹਨਾਂ ਦੱਸਿਆ ਕਿ ਇਸ ਲਈ ਈ ਰਜਿਸਟ੍ਰੇਸ਼ਨ ਫੀਸ 230 ਰੁਪਏ ਅਤੇ RFS ਦਸਤਾਵੇਜ਼ ਪ੍ਰੋਸੈਸਿੰਗ ਫੀਸ 10,000 ਰੁਪਏ 1 ਮੈਗਾਵਾਟ ਦੀ 1 ਲੱਖ ਰੁਪਏ ਅਤੇ 1.5 ਮੈਗਾਵਾਟ 1,50,000 ਰੁਪਏ ਅਤੇ 2 ਮੈਗਾਵਾਟ 2 ਲੱਖ ਰੁਪਏ ਰਕਮ ਬਿਆਨਾ ਦੇਣੀ ਹੋਵੇਗੀ। ਇਸ ਲਈ ਬਿਨੈ ਪੱਤਰ ਨਾਲ ਲੋੜੀਂਦੇ ਦਸਤਾਵੇਜ਼ ਉਹਨਾਂ ਦੀ ਵੈਬਸਾਈਟ eproc.punjab.gov.in ਜਾਂ www.peda.gov.in ਡਾਊਨਲੋਡ ਕਰਕੇ ਇਸ ਵੈਬਸਾਈਟ 'ਤੇ ਜਮ੍ਹਾਂ ਕਰਵਾਏ ਜਾ ਸਕਦੇ ਨੇ। ਔਨਲਾਈਨ ਪੂਰਬ ਬੋਲੀ ਬੈਠਕ 13 ਅਕਤੂਬਰ ਤੋਂ ਬਾਅਦ ਦੁਪਹਿਰ 3 ਵਜੇ ਤੋਂ 4:30 ਵਜੇ ਤੱਕ ਹੋਵੇਗੀ, ਜਿਸ ਦਾ ਲਿੰਕ ਪੇਡਾ ਦੇ ਵੈਬਸਾਈਟ 'ਤੇ ਜਾ ਕੇ ਦੇਖਿਆ ਜਾ ਸਕਦਾ ਹੈ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀ ਸੁਣਿਆ ਪੜ੍ਹਨੀਆਂ ਦਾ ਬਣੇ ਰਹੋ ਆਜ ਨਿਊਜ਼ਵਾਲਾ .com ਦੇ ਨਾਲ।